ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਵਿਊਅਰਸ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਕਮਲਾ ਹੈਰਿਸ ਦੀ ਅਗਵਾਈ ਹੇਠ ਬਹੁਤ ਜਲਦੀ ਨਵਾਂ ਐਡਮਿਨਿਸਟ੍ਰੇਸ਼ਨ ਸਾਹਮਣੇ ਆਵੇਗਾ। ਕੀ ਜੋ ਬਾਈਡਨ ਦੀ ਅਗਵਾਈ ਥੱਲੇ ਅਮਰੀਕਾ ਦੀ ਭਾਰਤ ਪ੍ਰਤੀ ਜਿਹੜੀ ਪਾਲਿਸੀ ਹੈ ਵਿਸ਼ੇਸ਼ਕਰ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਨੀਤੀ ਬਦਲੇਗੀ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਵੇਂ ਕੋਵਿਡ-19 ਦਾ ਕਹਿਰ ਵੱਧਦਾ ਜਾ ਰਿਹਾ ਔਰ ਬੜੀ ਤੇਜ਼ੀ ਨਾਲ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ। ਅੱਜ ਇੱਕ ਖਬਰ ਸੀ ਕਿ ਜਨੀਵਾ 'ਚ ਜਿੱਥੇ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਹੈੱਡਕੁਆਰਟਰ ਹੈ, ਉਹਨਾਂ ਦੇ 51 ਜਿਹੜੇ ਇੰਪਲੋਈ ਨੇ, ਹੁਣ ਉਹਨਾਂ ਤੋਂ ਵੱਧ ਕੇ ਤਾਂ ਕੋਈ ਇਤਿਹਾਤ ਨਹੀਂ ਰੱਖਦਾ ਹੋਣਾ, ਉਹ ਕੋਵਿਡ-19 ਪੋਜ਼ਿਟਿਵ ਨੇ ਔਰ ਈਵਨ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਚੀਫ ਉਹ ਵੀ ਇਸ ਦਾ ਸ਼ਿਕਾਰ ਨੇ। ਔਰ ਜਦੋਂ ਤੁਸੀਂ ਚਾਰ ਚੁਫੇਰੇ ਦੇਖਦੇ ਹੋ, ਕਾਫੀ ਥਾਵਾਂ ਦੇ ਉੱਤੇ ਲੋਕਡਾਊਨ ਅੱਗੋਂ ਜਾਰੀ ਹੋ ਰਿਹਾ, ਸਖ਼ਤ ਹਦਾਇਤਾਂ ਵੀ ਨੇ। ਨਿਊਜਰਸੀ ਦੇ ਵਿੱਚ 10 ਤੋਂ ਜ਼ਿਆਦਾ ਦੇ ਕਿਸੇ ਈਵਨ ਫੈਮਿਲੀ ਫੰਕਸ਼ਨ ਤੇ ਵੀ ਇਕੱਠੇ ਹੋਣ ਤੇ ਪਾਬੰਦੀ ਹੈ। ਸੋ ਇੱਕ ਪਾਸੇ ਇਹ ਚੈਲੰਜਸ ਨੇ। ਵੀਕਐਂਡ ਤੇ ਵਾਸ਼ਿੰਗਟਨ 'ਚ ਕਾਫੀ ਹਜ਼ਾਰਾਂ ਦੀ ਗਿਣਤੀ 'ਚ ਟਰੰਪ ਸਪੋਰਟਰਸ ਨੇ ਇਕੱਠੇ ਹੋ ਕੇ ਜਿਹੜਾ ਵੀ ਫੋਰ ਟਰੰਪ ਦੇ ਥੱਲੇ ਜਿਹੜਾ ਉਹ ਕੀਤਾ ਪ੍ਰੋਟੈਸਟ ਵੀ, ਕੁਛ ਵਾਇਲੈਂਸ ਉਹਨੂੰ ਕਾਊਂਟਰ ਕਰਨ ਲਈ ਵੀ ਦੂਸਰੇ ਪਹੁੰਚ ਗਏ ਡੈਮੋਕਰੈਟ। ਕੁਛ ਛੁੱਟਪੁੱਟ ਘਟਨਾਵਾਂ ਜਿਹੜੀਆਂ ਨੇ ਉਹ ਆਪਸੀ ਤਲਖੀ ਦੀਆਂ ਵੀ ਹੋਈਆਂ। ਲੇਕਿਨ ਇੱਕ ਪਾਸਿਓਂ ਇਹ ਵੀ ਨਜ਼ਰ ਆਉਂਦਾ ਵੀ ਟਰੰਪ ਦੇ ਸਪੋਰਟਰਸ ਜਿਹੜੇ ਨੇ, ਖਾਸ ਤੌਰ 'ਤੇ ਜਿਹੜੇ ਰਿਪਬਲਿਕਨ ਪਾਰਟੀ 'ਚ, ਉਹਨਾਂ ਨੂੰ ਲੱਗਦਾ ਵੀ ਜਿਹੜੀ ਲਾਈਨ ਇਹ ਲਈ ਹੈ, ਅਸੀਂ ਤਾਂ ਬਿਲਕੁਲ ਹੀ ਟਰੰਪ ਕਲੱਬ ਦਾ ਮੈਂਬਰ ਹੀ ਬਣ ਗਿਆ, ਪਾਰਟੀ ਦੀ ਹੋਂਦ ਹੀ ਖਤਮ ਹੋ ਗਈ। ਉਹਨਾਂ ਨੇ ਹੁਣ ਆਵਾਜ਼ ਚੁੱਕਣੀ ਸ਼ੁਰੂ ਕੀਤੀ ਹੈ ਔਰ ਇਹ ਵੀ ਜਿਹੜੇ ਨੇ ਆਈ ਹੈ ਕਿ ਭਾਈ ਹੁਣ ਕੰਸੀਡ ਕਰ ਲੈਣਾ ਬਣਦਾ, ਪਰ ਅਜੇ ਕਿਉਂਕਿ ਲੀਗਲ ਚੈਲੇਂਜਸ 5-6 ਥਾਵਾਂ 'ਤੇ ਚੱਲ ਰਹੇ ਨੇ। ਲੇਕਿਨ ਇਵੈਂਚੁਅਲੀ ਹੁਣ ਪ੍ਰੈਜ਼ੀਡੈਂਟ ਟਰੰਪ ਦੀ ਟੋਨ ਵੀ ਨਰਮ ਹੋਈ ਹੈ, ਹਾਲਾਂ ਉਹ ਗੋਲਫ ਖੇਡ ਕੇ ਆ ਕੇ ਨਿਕਲੇਗਾ ਫਿਰ ਦੱਸੇਗਾ ਵੀ ਕੀ ਕਰਨਾ। ਇਸ ਸਾਰੇ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਭਾਰਤੀਆਂ ਦਾ, ਅਸੀਂ ਅੱਗੇ ਵੀ ਗੱਲ ਕੀਤੀ ਸੀ, ਯੂ ਟਰਨ ਦਾ ਹੁਣ ਕੀ ਕਹਿਣਾ, ਇਹ ਤਾਂ ਪਲਟੀ ਮਾਰ ਇਹਨਾਂ ਨੂੰ ਖਿਤਾਬ ਹੀ ਦੇਣਾ ਚਾਹੀਦਾ। ਉਹੀ ਜਿਹੜੇ ਟਰੰਪ ਨੂੰ, ਟਰੰਪ ਦਾ ਇਹ ਕਹਿਣਾ ਕਿ ਵੀ ਆਈ ਲਵ ਹਿੰਦੂ, ਇੱਥੇ ਵੀ ਹਿੰਦੂ ਫਾਊਂਡੇਸ਼ਨ ਵਾਲਿਆਂ ਨੇ ਇਕੱਠੇ ਕਰਕੇ ਦਿੱਤੇ ਪੈਸੇ ਔਰ ਉੱਥੇ ਉਹਦੀ ਫੋਟੋ ਨੂੰ ਹੀ ਕੇਕ ਲਾ ਰਹੇ ਨੇ, ਹਵਨ ਕਰ ਰਹੇ ਨੇ ਵੀ ਟਰੰਪ ਜਿੱਤ ਜਾਏ, ਇੱਥੇ ਆ ਕੇ ਉਹ ਰੌਡੀ ਮੌਡੀ ਕਹਿੰਦਾ ਅਬ ਕੀ ਵਾਰ ਟਰੰਪ ਸਰਕਾਰ, ਜਿਵੇਂ ਉਹਨੂੰ ਸਮਝ ਆ ਰਿਹਾ ਵੀ ਕੀ ਹੈ, ਪਰ ਉਹ ਦੱਸ ਰਿਹਾ ਕਿ ਦੇਖ ਮੈਂ ਹੁਣ ਇੱਥੇ ਵੀ ਆ ਕੇ ਤੈਨੂੰ ਵੋਟਾਂ ਪਵਾ ਦਿੱਤੀਆਂ। ਔਰ ਇਹ ਸਾਰੇ ਹੀ ਆਂਡੇ ਇਹਦੀ ਟੋਕਰੀ 'ਚ ਰੱਖ ਕੇ ਹੁਣ ਜਦੋਂ ਇਹ ਹੋਇਆ ਤੇ ਕਮਲਾ ਹੈਰਿਸ ਭਾਰਤ ਕੀ ਬੇਟੀ ਬਣਾ ਦਿੱਤੀ। ਹਾਲਾਂਕਿ ਇਸ ਨੂੰ ਕਿਸੇ ਸਾਡੇ ਵੀਰ ਨੇ ਚੰਗੀ ਤਰ੍ਹਾਂ ਕਾਊਂਟਰ ਕੀਤਾ, ਉਹਨੇ ਕਮਲਾ ਹੈਰਿਸ ਦੀ ਫੋਟੋ ਜਿਹਦੇ 'ਚ ਕਿ ਉਹ ਬੀਫ ਸੈਂਡਵਿਚ ਖਾ ਰਹੇ, ਉਹਨੇ ਕਿਹਾ ਭਾਰਤ ਕੀ ਬੇਟੀ, ਭਾਰਤ ਮਾਤਾ ਕਾ ਆਨੰਦ ਮਾਣਤੇ ਹੋਏ। ਗਾਂ ਜਿਹੜੀ ਹੈ ਹੁਣ ਭਾਰਤ ਮਾਂ ਬਣਾਇਆ, ਉਹਨੂੰ ਕਹਿੰਦੇ ਇੱਧਰ ਬੇਟੀ ਹੈ ਤੇ ਉਹ ਮਾਂ ਖਾ ਰਹੀ ਹੈ ਬੇਟੀ ਨੂੰ, ਬੇਟੀ ਮਾਂ ਨੂੰ ਖਾ ਰਹੀ ਹੈ, ਹੁਣ ਇਹ ਦੱਸੋ ਵੀ ਇਹ ਠੀਕ ਹੈ ਕਿ ਉਹ ਠੀਕ ਹੈ। ਲੇਕਿਨ ਇੱਕ ਗੱਲ ਜਿਹੜੀ ਸੀਰੀਅਸ ਹਲਕਿਆਂ ਦੇ ਵਿੱਚ ਚੱਲ ਰਹੀ ਹੈ ਔਰ ਜਿਹੜੇ ਇੰਡੀਅਨ ਅਦਰਵਾਈਜ਼ ਆਪਣੇ ਆਪ ਨੂੰ ਲਿਬਰਲ ਵੀ ਕਹਿੰਦੇ ਨੇ, ਲੇਕਿਨ ਅਲਟੀਮੇਟਲੀ ਉਹ ਏ ਤੇ ਬੀ ਦਾ ਹੀ ਫਰਕ ਹੈ ਉਹਨਾਂ ਦਾ ਹਿੰਦੂ ਨੈਸ਼ਨਲਿਸਟ ਨਾਲੋਂ। ਉਹ ਇਹ ਵੀ ਦੇਖ ਰਹੇ ਨੇ ਕਿ ਵੀ ਬਾਈਡਨ ਹੈਰਿਸ ਦੇ ਆਉਣ ਨਾਲ ਅਮਰੀਕਾ ਦੀ ਇੰਡੀਆ ਬਾਰੇ ਪੋਲਿਸੀਜ਼ ਕਿਵੇਂ ਪ੍ਰਭਾਵਿਤ ਹੋਣਗੀਆਂ। ਇੱਕ ਇਸ਼ੂ ਦੇ ਉੱਤੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਬੇਸ਼ੱਕ ਥੋੜ੍ਹਾ ਬਹੁਤ ਬਾਈਡਨ ਚਾਈਨਾ ਦੇ ਨਾਲ ਰਿਲੇਸ਼ਨਸ ਮੈਂਡ ਕਰਨਾ ਚਾਹੇਗਾ, ਲੇਕਿਨ ਜਿਹੜੀ ਹੋਸਟੈਲਿਟੀ ਦੀ ਜਿਸ ਪਿੱਚ ਦੇ ਉੱਤੇ, ਕਿਉਂਕਿ ਉਹ ਟ੍ਰੇਡ ਵਾਰ ਦੇ ਨਾਂ ਥੱਲੇ ਇੰਟਰਸਟ ਵੀ ਜੁੜੇ ਹੋਏ ਨੇ, ਸੋ ਉਹ ਕੋਈ ਦੋਸਤਾਨਾ ਪਾਰਟ ਤਾਂ ਨਹੀਂ ਜਾਏਗਾ, ਸ਼ਾਇਦ ਹੋਸਟੈਲਿਟੀ ਘਟਣ ਵਾਲੀ ਗੱਲ ਜਾਏ। ਸੋ ਉਸ ਲਿਹਾਜ਼ ਨਾਲ ਕਿਉਂਕਿ ਚਾਈਨਾ ਫੈਕਟਰ ਸੈਂਟਰ ਦੇ ਵਿੱਚ ਹੀ ਰਹਿ ਗਿਆ, ਸੋ ਜਿਹੜਾ ਇੰਡੀਆ ਨੂੰ ਐਜ਼ ਏ ਸਟ੍ਰੈਟੇਜਿਕ ਪਾਰਟਨਰ ਬਣਾ ਕੇ ਸਾਊਥ ਚਾਈਨਾ ਸੀ ਜਾਂ ਕੁਐਡ ਜਾਂ ਦੂਜੇ ਦੇ ਥੱਲੇ ਵਰਤਨ ਦੀ ਲਾਈਨ, ਉਹ ਜਾਰੀ ਰਹੇਗੀ। ਸੋ ਕੁੱਲ ਮਿਲਾ ਕੇ ਉਸ ਇਸ਼ੂ ਦੇ ਉੱਤੇ ਕੋਈ ਅਮਰੀਕਨ ਨੀਤੀ ਟਰੰਪ ਦੇ ਜਾਣ ਨਾਲ ਨਵੇਂ ਐਡਮਿਨਿਸਟ੍ਰੇਸ਼ਨ 'ਚ ਵੀ ਕੋਈ ਹੈਲਪਫੁਲ ਨਹੀਂ ਹੋਏਗੀ। ਦੂਸਰਾ ਪਾਰਟ ਜੇ ਇਕੋਨਮੀ ਦੇ ਹਵਾਲੇ ਨਾਲ ਦੇਖੀਏ ਕਿ GM ਜਨਰਲ ਮੋਟਰਸ ਨੇ ਪਹਿਲਾਂ ਪੁੱਲ ਕਰ ਲਿਆ ਸੀ ਇੰਡੀਆ 'ਚੋਂ ਔਰ ਉਹਨਾਂ ਨੇ ਉੱਥੇ ਹੁਣ ਰਹਿਣਾ ਨਹੀਂ ਹੈ, ਔਰ ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਉਹ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਹੈ, ਉਹਨਾਂ ਨੇ ਹੁਣੇ ਹੀ ਰੀਸੈਂਟ ਵੀਕਸ ਦੇ ਵਿੱਚ ਡੈਵਿਡਸਨ ਕੇ ਕੀ ਉਹਨਾਂ ਦਾ ਨਾਂ ਹੈ, ਉਹ ਵੀ
ਔਰ ਜਿਹੜੀ ਉਹਨਾਂ ਦੀ ਐਕਸਪੈਕਟੇਸ਼ਨ ਸੀ ਕਿ ਜੀ ਚੀਨ 'ਚੋਂ ਅਮਰੀਕਨ ਕੰਪਨੀਆਂ ਨਿਕਲਣਗੀਆਂ ਭਾਰਤ, ਨਾ ਉੱਥੋਂ ਬਹੁਤੀਆਂ ਨਿਕਲੀਆਂ ਅਤੇ ਜਿਹੜੀਆਂ ਨਿਕਲੀਆਂ ਵੀ ਉਹ ਭਾਰਤ 'ਚ ਨਹੀਂ ਗਈਆਂ, ਉਹਨਾਂ ਨੇ ਹੋਰ ਜਿਹੜਾ ਉਹ ਤਾਈਵਾਨ ਚਲੇ ਗਏ ਜਾਂ ਹਾਂਗਕਾਂਗ ਚਲੇ ਗਏ ਜਾਂ ਸਾਊਥ ਕੋਰੀਆ ਚਲੇ ਗਏ। ਸੋ ਉਹਦੇ 'ਚ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਕਿ ਬਈ ਉਹਨਾਂ ਨੇ ਉੱਥੇ ਜਾਣਾ। ਹੁਣ ਜਿਹੜੇ ਦੋ ਇਸ਼ੂ ਨੇ ਜਿਹਨਾਂ ਨੂੰ ਲੈ ਕੇ ਇਕੋਨਮੀ ਵਾਈਜ਼ ਵੀ ਭਾਰਤ ਜਿਸ ਕਦਰ ਉਹਨਾਂ ਦੀ ਇਕੋਨਮੀ ਥੱਲੇ ਡਿੱਗੀ ਹੈ, ਜਿਹੜਾ ਇਹਨਾਂ ਦਾ ਵੱਡਾ ਸੀ ਕਿ ਜੀ ਵੱਡੀ ਮਾਰਕੀਟ, ਅਸੀਂ ਦੁਨੀਆ ਦੀ ਵੱਡੀ ਮਿਡਲ ਕਲਾਸ ਔਰ ਇੰਨੀ ਕੰਜ਼ਿਊਮਰ ਮਾਰਕੀਟ, ਉਹ ਵੀ ਭੁਲੇਖਾ ਦੂਰ ਹੋ ਗਿਆ ਵੀ ਜਿਹੜੀ ਸੋ ਕਾਲਡ ਮਿਡਲ ਕਲਾਸ ਸੀ ਉਹ ਵੀ ਬੜੀ ਬੁਰੀ ਤਰ੍ਹਾਂ ਸ਼੍ਰਿੰਕ, 1/4 ਇਕੋਨਮੀ ਤਾਂ ਵੈਸੇ ਹੀ ਉੱਡ ਗਈ। ਸੋ ਇਹ ਵੀ ਕੋਈ ਇੰਟਰਸਟ ਨਹੀਂ ਹੈ ਕਿ ਜਿਹੜੀ ਇਹਨਾਂ ਦੀ FDI ਸੀ, ਫੈਡਰਲ ਡਾਇਰੈਕਟ ਇਨਵੈਸਟਮੈਂਟ ਸਕੀਮ, ਉਹਦੇ ਥੱਲੇ ਕੋਈ ਇਨਵੈਸਟਮੈਂਟ ਹੋਏਗੀ ਔਰ ਉਹਦੇ ਥੱਲੇ ਕੋਈ ਇਹਨਾਂ ਦੀ ਇਕੋਨਮੀ ਦੀ ਰਿਵਾਈਵਲ ਦਾ ਚਾਂਸ ਨਹੀਂ ਹੈ। ਸੋ ਉਹ ਬਾਈਡਨ ਜਾਂ ਕਮਲਾ ਹੈਰਿਸ ਜਿਹਨਾਂ ਦੇ ਸਾਹਮਣੇ ਇਸ ਵੇਲੇ ਵੱਡਾ ਚੈਲੇਂਜ ਆਪਣੇ ਸਾਹਮਣੇ ਉਹਨਾਂ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਹੋਏਗਾ, ਕਿਉਂਕਿ ਇਹਦੇ ਜਿੱਥੇ H-1B ਦੂਜੇ ਤੀਜੇ ਇਨਵੋਲਵ ਨੇ ਸਾਊਥ ਅਮੈਰੀਕਾ 'ਚੋਂ ਹੋਣ ਵਾਲੇ ਇਮੀਗ੍ਰੇਸ਼ਨ ਅਸਾਈਲਮ ਨਾਲ ਰਿਲੇਟਡ ਇਸ਼ੂਜ਼। ਲੇਕਿਨ ਜਿਹੜੀ ਗੱਲ ਦੇ ਉੱਤੇ ਅੱਜ ਸਕਰੋਲ ਦੇ ਵਿੱਚ ਇੱਕ ਅੱਛਾ ਆਰਟੀਕਲ ਹੈ ਔਰ ਇਹ ਇਪਸਿਤਾ ਚੱਕਰਵਰਤੀ, ਕੋਈ ਇੰਡੀਅਨ ਜਰਨਲਿਸਟ ਹੀ ਹੈ, ਬੰਗਾਲੀ ਓਰੀਜਨ ਦਾ, ਔਰ ਉਹਦੇ 'ਚ ਉਹਨੇ ਸਵਾਲ ਚੁੱਕਿਆ ਕਿ ਵੀ ਕੀ ਬਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਪੋਜੀਸ਼ਨ ਹੈ ਕਸ਼ਮੀਰ ਬਾਰੇ, ਕਿਉਂਕਿ ਇਹਨਾਂ ਦੋਨਾਂ ਨੇ ਜਦੋਂ ਕਸ਼ਮੀਰ 'ਚੋਂ 5 ਅਗਸਤ 2019 ਨੂੰ ਆਰਟੀਕਲ 370-35A ਖਤਮ ਕੀਤਾ ਗਿਆ, ਬੜੀ ਸਟਰੋਂਗ ਸਟੇਟਮੈਂਟ ਬਾਈਡਨ ਕੈਂਪੇਨ ਵੱਲੋਂ ਵੀ ਆਈ, ਕਮਲਾ ਹੈਰਿਸ ਤਾਂ ਬਹੁਤ ਉਹਨੇ ਇਹ ਸਾਰੇ ਨੂੰ ਅੱਗੇ ਲਿਆ, ਔਰ ਈਵਨ ਜਿਹੜੀ ਦੂਸਰੀ ਇੰਡੀਅਨ ਓਰੀਜਨ ਦੀ ਕਾਂਗਰਸ ਵੂਮੈਨ ਹੈ ਔਰ ਕਮਲਾ ਹੈਰਿਸ ਦੇ ਵੀ ਸਪੋਰਟਰ ਸੀਐਟਲ ਤੋਂ ਪ੍ਰੋਮਿਲਾ ਜੈਪਾਲ, ਉਹਨੇ ਵੀ ਜਿਹੜਾ ਰੈਜ਼ੋਲਿਊਸ਼ਨ ਜਿਹੜਾ ਹਾਊਸ ਦੇ ਵਿੱਚ ਲਿਆਂਦਾ, ਔਰ ਇਸੇ ਤਰ੍ਹਾਂ ਇੱਕ ਰੈਜ਼ੋਲਿਊਸ਼ਨ ਜਿਹੜੇ ਫਸਟ ਟਾਈਮ ਜਿਹੜੀ ਬੀਬੀ ਰਸ਼ੀਦਾ ਤਾਲਿਬ ਕਾਂਗਰਸ ਵੂਮੈਨ ਨੇ ਉਹਨੇ ਵੀ ਲਿਆਂਦਾ। ਸੋ ਜ਼ਾਹਰ ਹੈ ਵੀ ਉਹਦੇ 'ਚ ਇਹਨਾਂ ਨੇ ਇਹਨਾਂ ਰੈਜ਼ੋਲਿਊਸ਼ਨ 'ਚ ਵੀ ਜਾਂ ਕਮਲਾ ਹੈਰਿਸ ਦੀ ਪੋਜੀਸ਼ਨ ਵੀ ਕਿ ਭਾਈ ਇਹ ਤੁਸੀਂ ਵਾਇਲੇਟ ਕਰ ਰਹੇ ਹੋ ਔਰ ਕਸ਼ਮੀਰ ਨੂੰ ਕਸ਼ਮੀਰੀਆਂ ਦੀ ਮਰਜ਼ੀ ਦੇ ਮੁਤਾਬਕ ਜਿਹੜਾ ਉੱਥੇ ਕੀਤਾ ਜਾਏ। ਔਰ ਇਸੇ ਤਰ੍ਹਾਂ ਜਦੋਂ ਬਾਈਡਨ ਕੈਂਪੇਨ ਵੀ ਚੱਲ ਰਿਹਾ ਸੀ, ਉਹਨਾਂ ਦੀ ਕੈਂਪੇਨ ਟੀਮ ਵੱਲੋਂ ਵੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਐਕਸਟਰਾ ਜਾ ਕੇ ਗੱਲ ਕੀਤੀ ਗਈ। ਹੁਣ ਜਿਹੜਾ ਸਵਾਲ ਚੁੱਕਿਆ ਜਾ ਰਿਹਾ ਕਿ ਕੀ ਇਸ ਸਾਰੇ ਦੇ ਨਾਲ ਇਹ ਮੌਜੂਦਾ ਐਡਮਿਨਿਸਟ੍ਰੇਸ਼ਨ ਇੰਡੀਆ 'ਤੇ ਪ੍ਰਵੇਲ ਕਰੇਗਾ ਕਿ ਵੀ ਉਹ ਅਨਡੂ ਕਰੇ ਆਰਟੀਕਲ 370 ਨੂੰ ਰੀਸਟੋਰ ਕਰਵਾਏ ਜਾਂ ਪ੍ਰੀ 5 ਅਗਸਤ 2019 ਦੀ ਪੋਜੀਸ਼ਨ 'ਤੇ ਲਿਜਾਏ। ਇਸ ਦੇ ਉੱਤੇ ਜਿਹੜੀ ਹੈ ਡਿਸਕਸ਼ਨ ਡਿਬੇਟ ਹੈ, ਪਰ ਜਿਹੜਾ ਈਵਨ ਇਹਦੇ 'ਚ ਵੀ ਡਿਸਕਸ ਹੈ ਔਰ ਮੈਂ ਓਵਰਆਲ ਵੀ ਦੇਖਦਾ ਹਾਂ, ਮੈਨੂੰ ਲੱਗਦਾ ਹੈ ਕਿ ਵੀ ਔਰ ਦੂਸਰਾ ਇਸ਼ੂ ਓਵਰਆਲ ਹਿਊਮਨ ਰਾਈਟਸ ਦਾ, ਉਹ ਭਾਵੇਂ CAA ਦਾ ਇਸ਼ੂ ਹੋਏ ਜਿਹਦਾ ਵਿਰੋਧ ਹੈਰਿਸ ਕਮਲਾ ਨੇ ਕੀਤਾ ਸੀ, ਜਾਂ ਜਿਹੜਾ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਜਿਹੜਾ ਉਸ ਦਾ ਹੋਏ, NRP ਨੈਸ਼ਨਲ ਰਜਿਸਟ੍ਰੇਸ਼ਨ ਆਫ ਪਾਪੂਲੇਸ਼ਨ, ਉਹਦੇ 'ਤੇ ਭਾਵੇਂ ਬਿਆਨ ਬਿਊਨ ਤਾਂ ਉਹਨਾਂ ਦੇ ਉਦੋਂ ਆਏ, ਪਰ ਇੱਕ ਹੁੰਦਾ ਵੀ ਤੁਸੀਂ ਇਫੈਕਟਿਵਲੀ ਪ੍ਰਵੇਲ ਕਰਦੇ ਹੋ ਔਰ ਤੁਸੀਂ ਕਹਿੰਦੇ ਹੋ ਕਿ ਭਾਈ ਆਹ ਇਹਦੀ ਸਜ਼ਾ ਹੈ, ਜਿਵੇਂ ਇੱਕ ਜ਼ਮਾਨੇ 'ਚ ਇਕਨੋਮਿਕਲ ਸੈਂਕਸ਼ਨਸ ਹੁੰਦੀਆਂ ਸੀ, ਦੂਸਰਾ ਹੁੰਦਾ ਵੀ ਤੁਸੀਂ ਫੋਰਨ ਪਾਲਿਸੀ 'ਚ ਅੰਦਰ ਵਾੜ ਕੇ ਸਨੱਬ ਕਰਦੇ ਹੋ। ਸੋ ਕੀ ਬਾਈਡਨ ਕਮਲਾ ਹੈਰਿਸ ਦੀ ਟੀਮ ਈਵਨ ਇੰਨਾ ਕੁ ਕਰ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਥੱਲੇ ਕਸ਼ਮੀਰੀਆਂ ਨੂੰ ਹੱਕ ਦਵਾਉਣਾ ਤਾਂ ਦੂਰ ਦੀ ਗੱਲ, ਕੀ ਵਾਪਸ ਉਹਨੂੰ ਰੀਸਟੋਰ ਕਰਵਾਇਆ ਜਾ ਸਕਦਾ ਜਿਹੜੀ ਪੋਜੀਸ਼ਨ ਜਿਹੜੀ ਹੈ ਇਹਨਾਂ ਨੇ ਤੋੜੀ ਹੈ? ਸੋ ਮੇਰਾ ਆਪਣਾ ਇਹ ਅੰਦਾਜ਼ ਹੈ ਔਰ ਜਿਵੇਂ ਇਸ ਡਿਸਕਸ਼ਨ 'ਚੋਂ ਵੀ ਨਿਕਲਦਾ ਕਿ ਨੋ, ਬਿਆਨਬਾਜ਼ੀ ਹੋਏਗੀ ਹਿਊਮਨ ਰਾਈਟਸ 'ਤੇ, ਜਿਵੇਂ ਟਰੰਪ ਨੇ ਬਿਲਕੁਲ ਜਿਹੜੀ ਹੈ ਉਹਨੂੰ ਅਨਲੀਸ਼ ਕੀਤਾ ਹੋਇਆ ਸੀ ਮੋਦੀ ਨੂੰ, ਟਰੰਪ ਦੇ ਦਿੱਲੀ 'ਚ ਹੁੰਦਿਆਂ ਜਿਹੜਾ ਉਹ ਦਿੱਲੀ 'ਚ ਮੁਸਲਮਾਨਾਂ ਦਾ ਕਤਲੇਆਮ ਸ਼ੁਰੂ ਹੁੰਦਾ ਦੰਗੇ ਕਹਿ ਕੇ, ਉਹਦੇ 'ਤੇ ਕੋਈ ਕਮੈਂਟ ਨਹੀਂ। CAA ਔਰ ਇਸ ਇਹਨਾਂ ਮੁੱਦਿਆਂ ਦੇ ਉੱਤੇ ਅਮੈਰੀਕਨ ਐਡਮਿਨਿਸਟ੍ਰੇਸ਼ਨ ਨੇ ਕੋਈ ਲਾਈਨ ਨਹੀਂ ਲਈ, ਇੱਕ ਪਾਸੇ ਉਹ ਆਰਟੀਕਲ 370 ਔਰ ਦੂਜੇ ਨੂੰ ਤੋੜ ਰਹੇ ਸੀ, ਔਰ ਟਰੰਪ ਜਿਹੜਾ ਉਹ ਟਵੀਟ ਕਰ ਰਿਹਾ ਸੀ ਕਿ ਆਈ ਐਮ ਰੈਡੀ ਫਾਰ ਮੀਡੀਏਸ਼ਨ, ਇਮਰਾਨ ਖਾਨ ਨੂੰ ਵੀ ਉਹਨੇ ਹਨੇਰੇ 'ਚ ਰੱਖਿਆ ਕਿ ਵੀ ਮੈਂ ਗੱਲਬਾਤ ਕਰਾਂਗਾ। ਸੋ ਹੁਣ ਦੇ ਕੰਟੈਕਸਟ ਜਦੋਂ ਕਿ ਅਮਰੀਕਾ ਬਾਈਡਨ ਹੈਰਿਸ ਦੇ ਥੱਲੇ ਇੱਕ ਕਮਜ਼ੋਰ ਅਮਰੀਕਾ ਬਣ ਗਿਆ, ਕਮਜ਼ੋਰ ਇਸ ਲਈ ਇੰਟਰਨੈਸ਼ਨਲੀ ਆਈਸੋਲੇਟ ਹੋਇਆ, COVID-19 ਚ ਜੇ 2.5 ਲੱਖ ਬੰਦਾ ਅਮਰੀਕਾ ਵਰਗੇ ਜਿਸ ਸਿਸਟਮ 'ਚ ਹੈਲਥ ਸਿਸਟਮ ਵੀ ਕਲੈਪਸ ਹੋਇਆ, ਇਕੋਨਮੀ ਪ੍ਰਭਾਵਿਤ ਜੇ ਸਾਰਿਆਂ ਦੀ, ਬੇਸ਼ੱਕ ਇੱਥੇ ਲਗਭਗ $3 ਟ੍ਰਿਲੀਅਨ ਜਿਹੜਾ ਹੈ
ਉਸ ਦੇ ਥੱਲੇ ਰਾਹਤ ਪੈਕੇਜ ਔਰ ਦੂਜੇ 'ਚ ਲੋਕਾਂ 'ਚ ਉਨਾ ਕੁ ਨਹੀਂ ਆਇਆ, ਨਹੀਂ ਤਾਂ 9 ਮਿਲੀਅਨ ਵੋਟਾਂ ਵੀ ਨਹੀਂ ਸੀ ਮਿਲਣੀਆਂ ਜਿਹੜੀਆਂ ਟਰੰਪ ਨੇ ਲਈਆਂ ਨੇ। ਲੇਕਿਨ ਕੁੱਲ ਮਿਲਾ ਕੇ ਜੋ ਰੀਸਪਰੈਡ ਦੇ ਨਾਲ ਮੈਂ ਗੱਲ ਸ਼ੁਰੂ ਕੀਤੀ, ਇਹ ਕੋਈ ਹਾਲਾਂ ਦਾਅਵਾ ਕੀਤਾ ਗਿਆ ਕੱਲ੍ਹ ਫਾਈਜ਼ਰ ਨੇ ਕੀਤਾ ਸੀ 2 ਦਿਨ ਪਹਿਲੇ ਕਿ ਜੀ ਅਸੀਂ 95% ਸਕਸੈਸ ਵਾਲੀ ਜਿਹੜੀ ਹੈ ਵੈਕਸੀਨ ਲੱਭ ਲਈ ਹੈ। ਅੱਜ ਕਿਸੇ ਹੋਰ ਦਾ ਦਾਅਵਾ ਹੈ। ਚੀਨ ਨੇ ਵੀ ਕਿਹਾ ਕਿ ਜਿਹੜੇ ਉਹਨਾਂ ਨੇ ਪਾਕਿਸਤਾਨ ਔਰ ਬੰਗਲਾਦੇਸ਼ ਨਾਲ ਵੀ ਟਰਾਇਲ ਕਰਕੇ ਕੀਤਾ ਉਹ ਵੀ ਰੈਡੀ ਹੈ। ਰਸ਼ੀਆ ਦਾ ਵੀ ਦਾਅਵਾ ਹੈ। ਪਰ ਈਵਨ ਜਦੋਂ ਤੱਕ ਇਹ ਸਾਰੀਆਂ ਵੈਕਸੀਨੇਸ਼ਨਸ ਰੋਲ ਡਾਊਨ ਹੁੰਦੀਆਂ 3-4 ਮਹੀਨੇ ਵੈਸੇ ਲੱਗ ਜਾਣੇ ਨੇ, ਫਿਰ ਜੇ ਇਫੈਕਟਿਵਨੈਸ ਅਜੇ 90-95% ਦੀ ਗੱਲ ਹੋ ਰਹੀ ਹੈ, ਇਹਨੂੰ ਤੁਸੀਂ ਹੋਰ ਜੇ ਘਟਾ ਕੇ ਦੇਖੋ। ਔਰ ਵੈਕਸੀਨੇਸ਼ਨ ਕਿਹੜੀ, ਪੋਟਾਸ਼ੀਅਮ ਸਾਇਨਾਈਡ ਹੈ ਵੀ ਜਾਂਦੇ ਆ ਉਹਨੇ ਪੁੱਠਾ ਕਰ ਦੇਣਾ, ਉਹਨੂੰ ਅੱਗੋਂ ਲੱਗਦਾ। ਸੋ ਮੈਨੂੰ ਜੋ ਨਜ਼ਰ ਆ ਰਿਹਾ ਵੀ ਈਵਨ 2021 ਅੰਟਿਲ ਜੂਨ ਜੁਲਾਈ ਜੇ ਅਸੀਂ ਬਹੁਤ ਕੰਜ਼ਰਵੇਟਿਵਲੀ ਦੇਖੀਏ, ਪਰ ਦਾ ਹੋਲ ਈਅਰ ਇਹਦੀ ਭੇਟ ਚੜ੍ਹ ਸਕਦਾ। ਹੁਣ ਉਸ ਦੌਰ 'ਚ ਅਮਰੀਕਾ ਦੇ ਸਾਹਮਣੇ ਬੇਸ਼ੱਕ ਜਦੋਂ ਦਾ ਇਹ ਆਇਆ ਕਿ ਭਾਈ ਬਣ ਗਿਆ ਬਾਈਡਨ, ਸਟਾਕ ਮਾਰਕੀਟ ਉੱਪਰ ਨੂੰ ਗਈ ਹੈ, ਪਰ ਗੱਲ ਅਲਟੀਮੇਟਲੀ ਇਹ ਹੈ ਕਿ ਵੀ ਇੰਪਲੋਇਮੈਂਟ ਕਿੱਥੋਂ ਦੇਣੀ ਹੈ, ਅਨਇੰਪਲੋਇਮੈਂਟ ਰੇਟ ਕੀ ਹੈ, ਉਹਦੇ ਸਿਸਟਮ 'ਚ ਪੈਸਾ ਕਿੱਥੋਂ ਆਉਣਾ, ਜੇ ਤੁਹਾਡੀ ਐਕਸਪੋਰਟ, ਜੇ ਬਾਕੀ ਦੇਸ਼ਾਂ ਦੀ ਇਕੋਨਮੀ ਨਹੀਂ ਹੈ ਤੁਹਾਡੀ ਐਕਸਪੋਰਟ ਕਿੱਥੋਂ ਹੋਏਗੀ, ਤੁਹਾਡਾ ਇਨਰ ਸੈਕਟਰ ਕੀ ਹੈ, ਔਰ ਜੇ ਤੁਹਾਡੇ ਕੋਲ ਬਾਇੰਗ ਕੈਪੈਸਿਟੀ ਨਹੀਂ ਹੈ ਔਰ ਫਿਰ ਤੁਸੀਂ ਕਿੱਧਰ ਨੂੰ ਜਾਓਗੇ। ਸੋ ਇਹਨਾਂ ਹਾਲਾਤਾਂ 'ਚ ਮੈਨੂੰ ਲੱਗਦਾ, ਔਰ ਜਿਵੇਂ ਇਮੀਗ੍ਰੇਸ਼ਨ ਦੀ ਅਸੀਂ ਗੱਲ ਕੀਤੀ, ਸੋ ਮੈਨੂੰ ਲੱਗਦਾ ਵੀ ਜੋ ਬਾਈਡਨ ਵੈਸੇ ਵੀ ਆਪਣੇ ਉਮਰ ਦੀ ਪੀਕ ਦੇ ਉੱਤੇ ਨੇ, ਔਰ ਉਹਨਾਂ ਦਾ ਜਿਹੜਾ 35-40 ਸਾਲ ਦਾ ਸੈਨੇਟ ਦੇ ਵਿੱਚ ਜਾਂ ਦੂਸਰਾ ਵੀ ਰਿਕਾਰਡ ਹੈ, ਬਹੁਤ ਐਗਰੈਸਿਵ ਸਟੈਂਸ ਨਹੀਂ ਹੈ, ਔਰ ਇਸ ਹਾਲਤ 'ਚ ਇਹ ਇਹਨਾਂ ਦੀ ਜਿਹੜੀ ਹੈ ਜਿਹਨੂੰ ਸੇਫ ਪੈਡਲਿੰਗ ਹੀ ਕਰਨਗੇ। ਔਰ ਸੇਫ ਪੈਡਲਿੰਗ ਦਾ ਮਤਲਬ ਇਹ ਹੈ ਕਿ ਕੁਛ ਮਾਮਲਿਆਂ 'ਚ ਸਟੈਟਸ ਕੋ ਰਹੇਗਾ, ਅੰਦਰ ਵੜ ਕੇ ਕੁਛ ਗੱਲ ਕਹਿਣ ਦੀ ਭਾਵੇਂ ਹੋਏ, ਪਰ ਜਿਸ ਹੱਦ ਤੱਕ ਇਹ ਜਾ ਚੁੱਕੇ ਨੇ ਹੁਣ ਅਮਰੀਕਾ ਇੰਡੀਆ ਰਿਲੇਸ਼ਨਸ਼ਿਪ, ਆਪਣੇ ਹਥਿਆਰ ਵੇਚ ਰਹੇ ਨੇ, ਉਹਨਾਂ ਦੇ ਨਾਲ ਇੰਟੈਲੀਜੈਂਸ ਸ਼ੇਅਰਿੰਗ ਦਾ ਸਮਝੌਤਾ ਕੀਤਾ ਹੈ, ਸਾਊਥ ਚਾਈਨਾ ਸੀ ਦਾ ਇਸ਼ੂ ਹੈ, ਇਸ ਸਾਰੇ ਦੇ ਵਿੱਚ ਜਿਹੜਾ ਜੋ ਚਾਈਨਾ ਦੇ ਨਾਲ ਆਲਰੇਡੀ ਹੋਸਟੈਲਿਟੀ ਹੈ, ਹਾਂ ਯੂਰਪ ਪ੍ਰਤੀ ਜਿਹੜਾ ਐਗਰੈਸਿਵ ਜੋ ਬਾਈਡਨ ਦੀ ਲਾਈਨ ਹੋਏਗੀ, ਜਿਵੇਂ ਨੈਟੋ ਐਲਾਈਜ਼ ਨੂੰ ਐਲੀਨੇਟ ਕੀਤਾ ਟਰੰਪ ਨੇ, ਉਹ ਜ਼ਰੂਰ ਵਾਪਸ ਮੁੜਨ ਦੀ ਗੱਲ ਹੋਏਗੀ। ਚਾਈਨਾ ਨਾਲ ਡੈਮੇਜ ਕੰਟਰੋਲ ਦੀ ਥੋੜ੍ਹੀ ਬਹੁਤ ਜਿਹਨੂੰ ਕਹਿੰਦੇ ਨੇ ਕਿ ਬਈ ਮੇਕਅਪ ਹੋਏਗਾ, ਇੰਡੀਆ ਪ੍ਰਤੀ ਜਿਹੜਾ ਹਿਊਮਨ ਰਾਈਟਸ ਦੇ ਮੁੱਦੇ 'ਤੇ ਮਾੜੀ ਮੋਟੀ ਗੱਲ ਹੋਏਗੀ, ਪਰ ਕਸ਼ਮੀਰ ਦੇ ਹਵਾਲੇ ਨਾਲ ਅਸੀਂ ਸਮਝਦੇ ਹਾਂ ਕਿ ਬਈ ਕੋਈ ਤਬਦੀਲੀ ਹੋਣ ਨਹੀਂ ਜਾ ਰਹੀ। ਔਰ ਇਸ ਦੇ ਨਾਲ ਨਾਲ ਈਵਨ ਵਿਦ ਇਨ ਕਸ਼ਮੀਰ ਵੀ, ਜਿਹੜਾ ਇਸ ਆਰਟੀਕਲ ਦਾ ਵੀ ਹਿੱਸਾ ਸੀ ਕਿ ਬਈ ਇੱਕ ਸਟੇਜ ਸੀ ਕਿ ਲੋਕ ਇਹ ਸਮਝਦੇ ਸੀ ਕਿ ਬਈ ਅਮਰੀਕਨ ਜਿਹੜੀ ਪੋਲਿਸੀ ਹੈ ਅਬਾਊਟ ਕਸ਼ਮੀਰ ਉਹ ਇਹੀ ਹੈ ਕਿ ਬਈ ਇਹ ਡਿਸਪਿਊਟਡ ਟੈਰੀਟੋਰੀ ਹੈ, ਉਹ ਤਾਂ ਜ਼ਾਹਰ ਹੈ UN ਰੈਜ਼ੋਲਿਊਸ਼ਨਸ 'ਚ ਹੀ ਹੈ, ਔਰ ਇਹ ਵੀ ਸੀ ਕਿ ਇੰਡੀਆ ਔਰ ਪਾਕਿਸਤਾਨ ਗੱਲਬਾਤ ਰਾਹੀਂ ਹੱਲ ਕਰਨ ਔਰ ਕਸ਼ਮੀਰੀ ਲੋਕਾਂ ਨੂੰ ਉਸ ਦਾ ਹਿੱਸਾ ਬਣਾਇਆ ਜਾਏ ਵਿਦ ਦਾ ਵਿਲ ਆਫ ਦਾ ਪੀਪਲ ਜਾਂ ਕਸ਼ਮੀਰੀ ਪਾਰਟੀਸਪੇਸ਼ਨ, ਔਰ ਇਹ ਜਾਰੀ ਰਿਹਾ। ਹੁਣ ਜਦੋਂ ਕਿ ਈਵਨ ਟਰੰਪ ਦੀ ਡਿਫੀਟ ਹੋਈ ਹੈ, ਵਾਦੀ ਦੇ ਵਿੱਚ ਕੋਈ ਇਹ ਨਹੀਂ ਹੋਇਆ ਵੀ ਕਿਸੇ ਨੇ ਕਿਹਾ ਜੀ ਵਾਹ 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 ਹੁਣ ਨਵਾਂ ਆ ਗਿਆ, ਤਾਂ ਉਹਨਾਂ ਨੇ ਦੇਖ ਲਿਆ ਕਿ ਭਾਈ ਇਹ ਅਲਟੀਮੇਟਲੀ ਇਸ ਦੇ ਉਲਟ ਰਾਦਰ ਜੇ ਕਸ਼ਮੀਰ ਦੇ ਲੋਕ ਵੀ ਕੋਈ ਹੋਪ ਕਰਦੇ ਨੇ ਤਾਂ ਉਹ ਚਾਈਨਾ ਤੋਂ ਕਰਦੇ ਨੇ। ਸੋ ਬਾਹਰ ਬੈਠੇ ਭਾਵੇਂ ਕਹੀ ਜਾਣਗੇ ਜੀ ਦੇਖੋ ਹੁਣ ਬਾਈਡਨ ਅਤੇ ਕਮਲਾ ਹੈਰਿਸ ਨੇ ਇਹ ਕਿਹਾ ਸੀ ਕਸ਼ਮੀਰ ਬਾਰੇ ਜਾਂ ਬਾਈਡਨ ਨੇ ਇਹ ਕਿਹਾ ਸੀ, ਪਰ ਮੈਂ ਸਮਝਦਾ ਵੀ ਜਿਹੜੀ ਗਰਾਊਂਡ ਜ਼ੀਰੋ ਦੇ ਉੱਤੇ ਨੇ ਉਹਨਾਂ ਨੂੰ ਹਕੀਕਤ ਦੀ ਜ਼ਿਆਦਾ ਸਮਝ ਹੈ। ਉਹਨਾਂ ਨੇ ਅਮਰੀਕਾ ਤੋਂ ਜਿਹੜਾ ਬਿਲਕੁਲ ਬੇਉਮੀਦ ਹੀ ਨਹੀਂ, ਉਹਨਾਂ ਨੂੰ ਲੱਗਦਾ ਕਿ ਵੀ ਇਹ ਜੋ ਕੀਤਾ ਵੀ ਹੈ ਇੰਡੀਆ ਨੇ ਅਮਰੀਕਾ ਦੀ ਸ਼ਹਿ 'ਤੇ ਕੀਤਾ, ਔਰ ਮੈਂ ਸਮਝਦਾ ਵੀ ਇਹ ਗੱਲ ਸਾਰੀ ਗਲਤ ਨਹੀਂ ਹੈ, ਅਦਰਵਾਈਜ਼ ਇੰਨਾ ਵੱਡਾ ਸਟੈਪ ਇਹਨਾਂ ਦੀ ਜ਼ਰੂਰਤ ਕੀ ਸੀ। ਸੋ ਉਹਦੇ 'ਚ ਕਿਉਂਕਿ ਉਹ ਸਾਰੇ ਹੀ ਜਿਹੜੀ ਹੈ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਔਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਇਹ ਸਾਰੇ ਸਬਜੈਕਟ ਇਹਦੇ ਨਾਲ ਜੁੜ ਗਏ, ਔਰ ਕਸ਼ਮੀਰੀਆਂ ਨੂੰ ਉਹਨਾਂ ਨੇ ਹੁਣ ਜਿਵੇਂ ਇਹ ਸਾਰੇ ਦੇ ਵਿੱਚ ਸੀ ਕਿ ਬਈ ਡਿਸਟ੍ਰਿਕਟ ਇਲੈਕਸ਼ਨਸ ਜਿਹੜੀਆਂ ਨੇ ਪਿੰਡਾਂ ਦੀਆਂ ਦੂਜੀਆਂ, ਹੁਣ ਉਹ ਅਸੀਂ ਗੁਪਕਰ ਅਲਾਇੰਸ ਦੇ ਥੱਲੇ ਦੇਖਿਆ ਕਿ ਜੀ 6-7 ਪਾਰਟੀਆਂ ਇਕੱਠੀਆਂ ਹੋ ਗਈਆਂ, ਉਹਨਾਂ ਨੇ ਕਹਿ ਦਿੱਤਾ ਆਰਟੀਕਲ 370 ਰਿਸਟੋਰ ਕਰੋ, ਇਲੈਕਸ਼ਨਾਂ ਆ ਗਈਆਂ। ਹੁਣ ਬੀਜੇਪੀ ਵਾਲੇ ਵੀ ਜਿਵੇਂ ਤੁਸੀਂ ਉਹ ਕੁੱਤਿਆਂ ਦੇ ਝੁੰਡ ਦੇ ਵਿੱਚ ਸੁੱਟਦੇ ਹੋ ਹੱਡੀ ਔਰ ਬਾਕੀਆਂ ਨੂੰ ਤੁਸੀਂ ਦੱਸਣਾ ਚਾਹੁੰਦੇ ਹੋ ਵੀ ਕਿਵੇਂ ਝਪਟ ਰਹੇ ਨੇ, ਇਹਨਾਂ ਨੇ ਕਿਹਾ ਜੀ ਅਸੀਂ ਜੁਆਇੰਟ ਫਾਈਲ ਕਰਾਂਗੇ, ਕੈਂਡੀਡੇਟ ਲੜਾਂਗੇ ਜ਼ਰੂਰ ਚੋਣਾਂ। ਔਰ ਹੁਣ ਅੱਜ ਦੀ ਖਬਰ ਹੀ ਇਹ ਹੈ ਕਿ ਭਾਈ ਜਿੱਥੇ PDP ਨੇ ਖੜੇ ਕੀਤੇ ਨੇ ਉੱਥੇ ਕਾਂਗਰਸ ਨੇ ਵੀ ਕਰਤੇ, ਜਿੱਥੇ ਨੈਸ਼ਨਲ ਕਾਨਫਰੰਸ ਨੇ ਕੀਤੇ ਨੇ ਉੱਥੇ PDP ਨੇ ਕਰ ਦਿੱਤੇ। ਸੋ ਮਤਲਬ ਇਹ ਹੈ ਵੀ ਇਹਨਾਂ ਦਾ ਵੀ ਜਿਹੜਾ ਸਾਹਮਣੇ ਉੱਥੇ ਪੋਲੀਟੀਕਲ ਲੀਡਰਸ਼ਿਪ ਕਸ਼ਮੀਰ 'ਚ
ਨਜ਼ਰ ਆਉਂਦੀ ਸੀ ਉਮਰ ਅਬਦੁੱਲਾ, ਫਾਰੂਖ ਅਬਦੁੱਲਾ, ਮਹਿਬੂਬਾ ਮੁਫਤੀ ਜਾਂ ਈਵਨ ਕਾਂਗਰਸ ਨੇ ਵੀ ਜੁਆਇਨ ਕੀਤਾ ਸੀ। ਇਹ ਵੀ ਜਿਵੇਂ ਉਹ ਪੰਜਾਬੀ 'ਚ ਕਹਿੰਦੇ ਨੇ ਸਾਧ ਦੀ ਭੂਰੀ 'ਤੇ ਇਕੱਠ ਹੈ, ਸਾਰੇ ਲੱਗੇ ਹੋਏ ਨੇ ਕਿ ਭਾਈ ਉਹਨਾਂ ਨੇ ਉਹਦੇ 'ਚੋਂ ਕੀ ਕੱਢਣਾ। ਸੋ ਕੁੱਲ ਮਿਲਾ ਕੇ ਆਜ਼ਾਦੀ ਜਿਹੜੀ ਨੂੰ ਅਕਸਰ ਇਹ ਕਿਹਾ ਜਾਂਦਾ ਕਿ ਭਾਈ ਜਿਹੜੇ ਦਸਵੇਂ ਪਾਤਸ਼ਾਹ ਦੇ ਇਹ ਬੋਲ ਨੇ ਕਿ ਕਹੂ ਕਿਸੀ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਕਸ਼ਮੀਰੀਆਂ ਨੂੰ ਇਸ ਗੱਲ ਦੀ ਬਹੁਤ ਚੰਗੀ ਤਰ੍ਹਾਂ ਸਮਝ ਹੈ, ਕਸ਼ਮੀਰ ਦੀ ਫਿਜ਼ਾ 'ਚ ਹੀ ਲਫ਼ਜ਼ ਆਜ਼ਾਦੀ ਆਜ਼ਾਦੀ ਹੈ। ਓਵਰਗਰਾਊਂਡ ਉਹਨਾਂ ਦੀ ਇਹ ਪ੍ਰੋ ਇੰਡੀਆ ਲੀਡਰਸ਼ਿਪ ਕੀ ਕਰਦੀ ਹੈ, ਅਮਰੀਕਾ ਦਿਲਚਸਪੀ ਰੱਖਦਾ ਜਾਂ ਇਸ ਦੇ ਬਿਯੋਂਡ ਉਹਨਾਂ ਨੇ ਇਹ ਤਹੀਆ ਕੀਤਾ ਹੋਇਆ ਕਿ ਉਹਨਾਂ ਨੇ ਆਜ਼ਾਦੀ ਹਾਸਲ ਕਰਨੀ ਹੈ ਔਰ ਅਸੀਂ ਹਮੇਸ਼ਾ ਹੀ ਜਿਹੜਾ ਜਿੱਥੇ ਉਹਨਾਂ ਨੂੰ ਦੀ ਹਮਾਇਤ ਕਰਦੇ ਹਾਂ ਉੱਥੇ ਅਸੀਂ ਉਹਨਾਂ ਦੇ ਲਈ ਦੁਆਗੋ ਵੀ ਹੁੰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਅਪੀਲ ਅਤੇ ਬੇਨਤੀ ਕਰਦੀ ਹਾਂ ਵਿਊਅਰਸ ਦਾ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਪਹਿਲੇ ਦਿਨ ਤੋਂ ਹੀ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਜਿਹੜਾ ਹੈ ਉਹ ਸਾਰੀ ਦੁਨੀਆ ਵਿੱਚ ਦੇਖਿਆ ਜਾ ਰਿਹਾ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.TV 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਸ਼ਨ ਕਰਨ ਲਈ ਜੋ ਹੈ ਆਟੋ ਪੇ ਵੀ ਕਰ ਸਕਦੇ ਹੋ ਮੰਥਲੀ ਔਰ ਵਨ ਟਾਈਮ, ਐਂਡ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਵੀ ਕਰ ਸਕਦੇ ਹੋ, ਜਾਂ ਫਿਰ ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-01-37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ sport@tv84.tv। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।